सस्त्रकाल आप सभी दर्शकों को राधा स्वामी आज मैंने सदगुरु से पूछ ही लिया क्यों चलते हो मेरे साथ उन्होंने भी हंस के कहा कि दूसरा कौन है तेरे साथ चलिए देखते हैं आज सवाल के सवाल जवाब के वीडियो में श्रद्धालुओं ने बाबा जी से क्या प्रश्न किया बाबा जी दर्शन असली मतलब की है जी बेटे जो आप उस मुकाम तक पहुंच जावे ना जिथे सावना ਇਹੋ ਜੀ ਬਣ ਜੂਗੀ ਕਿ ਸਾਨੂੰ ਸਿਰਫ ਇੱਕ ਦਿਖਾਈ ਦਿੰਦਾ ਹੈ ਹੋਰ ਕੁਝ ਨਹੀਂ ਦਿਖਾਈ ਦਿੰਦਾ ਉਹ ਦਰਸ਼ਨ ਹੈ ਬੇਟਾ ਬਾਬਾ ਜੀ ਇੱਕ ਗੋਲ ਤੇ ਫੋਕਸ ਕਿਵੇਂ ਕਰੀਏ ਮਨ ਬਹੁਤ ਜਲਦੀ ਡਾਇਵਰਟ ਹੋ ਜਾਂਦਾ ਹੈ ਜੀ ਬੇਟਾ ਸੋਚਣ ਦੀ ਗੱਲ ਹੈ ਕਿਹੜੀ ਚੀਜ਼ ਦੇ ਨਾਲ ਫਾਇਦਾ ਕਿਹੜੀ ਚੀਜ਼ ਨਾਲ ਨੁਕਸਾਨ ਹੈ ਬੇਟਾ ਜਿੰਨਾਂ ਚੀਜ਼ਾਂ ਤੇ ਇਸ ਵਕਤ ਆਪਾਂ ਧਿਆਨ ਲਗਾ ਕੇ ਬੈਠੇ ਆਂ ਉਹਨਾਂ ਨਾਲ ਤਾਂ ਨੁਕਸਾਨ ਹੀ ਨੁਕਸਾਨ ਹੈ ਜਿਸ ਦੇ ਉੱਤੇ ਫਾਇਦਾ ਹੈ ਉੱਥੇ ਸਾਡੀ ਇਕਾਗਰਤਾ ਟਿਕਦੀ ਨਹੀਂ ਬੇਟਾ ਬਾਬਾ ਜੀ ਮੇਰੇ profession ਨੂੰ ਲੈ ਕੇ ਜਿਵੇਂ IAS ਅਫਸਰ ਵਾਸਤੇ ਮੈਂ ਤਿਆਰੀ ਕਰ ਰਿਹਾ ਨਹੀਂ ਉਸ ਤੋਂ ਬਾਅਦ ਬਾਬਾ ਜੀ ਲੱਗਦਾ ਜਿਵੇਂ ਇਹਨੂੰ ਇੰਜੀਨੀਅਰ ਦੀ ਤਿਆਰੀ ਕਰਨੀ ਚਾਹੀਦੀ ਹੈ ਹੁਣ ਮੈਂ ਮੈਕੈਨੀਕਲ ਇੰਜੀਨੀਅਰਿੰਗ ਕਰ ਰਿਹਾ ਹਾਂ ਬਾਬਾ ਜੀ ਬਟਰ ਇੱਕ ਚੀਜ਼ ਫੜਨਾ ਔਰ ਲੱਗ ਜਾ ਉਹਦੇ ਵਿੱਚ ਆਪਾਂ ਜੋ ਵੀ ਕੰਮ ਕਰਨਾ ਹੈ ਉਹਦੇ ਵਿੱਚ ਮਾਹਿਰ ਹੋਣਾ ਹੈ ਸুইস ਕਰਕੇ ਅਸ ਵਕਤ ਆਪਣੇ ਮਕੈਨੀਕਲ ਇੰਜੀਨੀਅਰਿੰਗ ਦੇ ਉੱਤੇ ਧਿਆਨ ਰੱਖੋ ਜਦੋਂ ਉਹ ਪਾਸ ਹੋ ਗਿਆ ਫਿਰ ਤੁਸੀਂ ਹੋਰ ਇਮਤਿਹਾਨ ਦੇਣਾ ਚਾਹੁੰਦੇ ਹੋ ਫਿਰ ਉਹਦੇ ਉੱਤੇ ਧਿਆਨ ਰੱਖੋ ਬੇਟਾ ਥੈਂਕ ਯੂ ਸੋ ਮੱਚ ਬੱਬਾ ਜੀ ਇਹ 골ਡਨ ਚਾਂਸ ਦੇ ਲਈ ਬੱਬਾ ਜੀ ਕੀ ਆ ਸੇਵਾ ਕਰਕੇ ਵੀ ਕਰਮ ਕੱਟਦੇ ਨੇ ਬੇਟਾ ਸੇਵਾ ਕਰਨ ਦੇ ਨਾਲ ਮਾਹੌਲ ਬਣਦਾ ਹੈ ਮਾਹੌਲ ਚੰਗਾ ਬਣੂਗਾ ਭਜਨ ਸਿਮਰਨ ਕਰਾਂਗੇ ਕਰਮ ਕੱਟਣਗੇ ਸ਼ਬਦ ਦੇ ਨਾਲ ਬੇਟਾ ਸ਼ਬਦ ਕਰਮ ਕੀ ਰੇਖ ਕਟਾਏ ਇਹਨ ਨਾਲ ਤਾਂ ਮਾਹੌਲ ਚੰਗਾ ਬੰਦ ਹੈ ਠੀਕ ਹੈ ਤੇ ਪੱਪਾ ਜੀ ਹੋਰ ਮੈਂ ਲੋਕਾਂ ਨੇ ਦੇਖਿਆ ਵੀ ਰੂਹਾਨੀ ਦੀ ਗੱਲਾਂ ਕਰਦੇ ਤੇ ਭਜਨ ਸਿਮਰਨ ਵੀ ਕਰਦੇ ਪਰ ਉਹਨਾਂ 'ਚ ਗੁੱਸਾ ਵੀ ਬਹੁਤ ਹੁੰਦਾ ਹੈ ਆਂਦਾ ਕਦੇ ਕਦੇ ਫਿਰ ਐਵੇਂ ਤੁਨੂੰ ਕੀ ਪਤਾ ਬੇਟਾ ਕਿੰਨਾ ਗੁੱਸਾ ਸੀ ਜੇ ਭਜਨ ਸਿਮਰਨ ਨਾ ਕਰਦੇ ਤਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਹੁੰਦਾ ਸੋ ਇਸ ਕਰਕੇ ਆਪਾਂ ਨੇ ਕਿਸੇ ਦੀ ਪਰਖ ਕਰਨੀ ਨਹੀਂ ਬੇਟਾ ਆਪਾਂ ਆਪਣੇ ਆਪ ਨੂੰ ਦੇਖਣਾ ਸਿੱਖੋ ਦੁਨੀਆ ਦੇਖ ਕੇ ਕਿ ਅਸੀਂ ਨਾ ਕੋਈ ਉਹ ਉਹੋ ਜੀ ਅਵਸਥਾ ਵਿੱਚ ਪੈ ਜਾਈਏ ਨਾਮਦਾਨ ਦੀ ਬਖਸ਼ਿਸ਼ ਕਰਨੋ ਰਾਧਾ ਸੁਆਮੀ ਸਸੰਗ ਵਿਆਸ ਸੇ ਜੁੜੀ ਹਰ ਬੜੀ ਖਬਰ ਪਾਣੇ ਕੇ ਲਈ ਸਬਸਕ੍ਰਾਈਬ ਕਰੇ ਹਮਾਰੇ YouTube ਚੈਨਲ ਸੇ ਦਿਵਾਪ ਕੋ ਅਗਰ ਆਪ ਹਮਾਰੇ ਚੈਨਲ ਪਰ ਨਏ ਆਏ ਹੈ ਤੋ ਚੈਨਲ ਕੋ ਸਬਸਕ੍ਰਾਈਬ ਕਰਨੇ ਕੇ ਸਾਥ ਸਾਥ ਬੈਲ ਆਈਕਨ ਜ਼ਰੂਰ ਦਬਾਓ